ਵੱਲੋਂ ਡੀਸੀ ਨੂੰ ਇੱਕ ਪੱਤਰ ਲਿਖ ਕੇ ਸ਼ਿਕਾਇਤਾਂ ਕੀਤੀਆਂ ਗਈਆਂ ਨੇ। ਦੱਸ ਦਈਏ ਕਿ ਕੋਲੋਨਾਈਜ਼ਰਾਂ ਨੂੰ ਲੈ ਕੇ ਲੁਧਿਆਣਾ ਦੇ MP ਰਵਨੀਤ ਬਿੱਟੂ ਵੱਲੋਂ ਡੀਸੀ ਨੂੰ ਸ਼ਿਕਾਇਤ ਪੱਤਰ ਭੇਜਿਆ ਗਿਆ, ਜਿਸ 'ਚ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਕੌਂਸਟੀਟਿਊਸ਼ਨ 'ਚ ਲਗਾਤਾਰ ਹੋ ਰਹੀ ਇਲੀਗਲ ਕੰਸਟਰਕਸ਼ਨ ਨੂੰ ਲੈ ਕੇ ਕੰਪਲੇਂਟਾਂ ਆ ਰਹੀਆਂ ਨੇ ਅਤੇ ਤੁਰੰਤ ਪ੍ਰਭਾਵ 'ਤੇ ਜਾਂਚ ਦੀ ਰਿਪੋਰਟ ਮੰਗੀ ਹੈ, ਜਿਸ 'ਚ ਵੱਖ ਵੱਖ ਕੋਲੋਨਾਈਜ਼ਰਾਂ ਵੱਲੋਂ ਆਪਣੀਆਂ ਰੀਅਲ ਅਸਟੇਟ ਕਲੋਨੀਆਂ ਬਣਾਉਣ ਦੀ ਆੜ 'ਚ ਸਰਕਾਰੀ ਰਸਤਿਆਂ 'ਤੇ ਕਬਜ਼ਾ ਕਰ ਲਿਆ ਗਿਆ। ਜਿਸ ਤੋਂ ਬਾਅਦ MP ਰਵਨੀਤ ਬਿੱਟੂ ਨੂੰ ਲਗਾਤਾਰ ਇਸ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ, ਜਿਸ ਤੋਂ ਬਾਅਦ ਹੁਣ MP ਰਵਨੀਤ ਬਿੱਟੂ ਵੱਲੋਂ ਡੀਸੀ ਨੂੰ ਇੱਕ ਪੱਤਰ ਲਿਖਿਆ ਗਿਆ, ਜਿਸ 'ਚ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਤੁਰੰਤ ਪ੍ਰਭਾਵ 'ਤੇ ਜਾਂਚ ਦੀ ਰਿਪੋਰਟ ਸਾਂਝੀ ਕੀਤੀ ਜਾਵੇ। ਤਾਂ ਇਹ ਵੀ ਦੱਸ ਦਈਏ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਹੋ ਰਹੀ ਇਲੀਗਲ ਕੰਸਟਰਕਸ਼ਨ ਨੂੰ ਲੈ ਕੇ ਜਨਹਿਤੈਸ਼ੀ ਵੀ ਲਗਾਤਾਰ ਇਹ ਮੁੱਦੇ ਚੁੱਕਦਾ ਆ ਰਿਹਾ ਕਾਫੀ ਲੰਬੇ ਸਮੇਂ ਤੋਂ, ਜਿਸ ਦੇ ਵਿੱਚ ਭਾਵੇਂ ਉਹ ਮਲਹਾਰ ਰੋਡ ਹੋਵੇ, ਗੁਰਦੇਵ ਨਗਰ ਵਾਲਾ ਪੂਰਾ ਇਲਾਕਾ ਹੋਵੇ, ਜਾਂ ਫਿਰ ਅਕਾਲਗੜ੍ਹ ਮਾਰਕੀਟ ਦੀ ਜੇਕਰ ਗੱਲ ਕਰੀਏ ਤਾਂ ਅਕਾਲਗੜ੍ਹ ਮਾਰਕੀਟ ਵੀ ਗੰਦੇ ਨਾਲੇ ਦੇ ਉੱਤੇ ਬਣੀ ਹੋਈ ਹੈ। ਚੋੜਾ ਬਾਜ਼ਾਰ, ਸਦਰਨ ਐਕਸਪ੍ਰੈਸ ਵੇ 'ਤੇ ਜਿੰਨੀਆਂ ਕਲੋਨੀਆਂ ਬਣੀਆਂ ਨੇ ਸਾਰੀਆਂ ਇਲੀਗਲ ਕੰਸਟਰਕਸ਼ਨ ਕੀਤੀਆਂ ਗਈਆਂ ਨੇ, ਜਿਸ ਦੀਆਂ ਲਗਾਤਾਰ ਹੁਣ ਰਵਨੀਤ ਬਿੱਟੂ ਨੂੰ ਵੀ ਇਸ ਦੀਆਂ ਕੰਪਲੇਂਟਾਂ ਆ ਰਹੀਆਂ ਨੇ। ਜਿਸ ਮੁੱਦੇ ਨੂੰ ਲੈ ਕੇ ਹੁਣ ਰਵਨੀਤ ਬਿੱਟੂ ਵੱਲੋਂ ਡੀਸੀ ਨੂੰ ਇੱਕ ਪੱਤਰ ਲਿਖਿਆ ਗਿਆ ਅਤੇ ਤੁਰੰਤ ਪ੍ਰਭਾਵ 'ਤੇ ਜਾਂਚ ਦੀ ਰਿਪੋਰਟ ਸਾਂਝੀ ਕਰਨ ਨੂੰ ਕਿਹਾ ਗਿਆ, ਤਾਂ ਜ਼ਿਕਰਯੋਗ ਇਹ ਵੀ ਹੈ ਕਿ ਕੋਲੋਨਾਈਜ਼ਰਾਂ ਵੱਲੋਂ ਕਲੋਨੀਆਂ ਦੇ ਨਾਂ 'ਤੇ ਸਰਕਾਰੀ ਰਸਤਿਆਂ 'ਤੇ ਕਬਜ਼ਾ ਕਰ ਲਿਆ ਗਿਆ ਅਤੇ ਜਿਹੜੀ ਸੜਕਾਂ ਬਣੀਆਂ ਗਈਆਂ ਸੀ ਉਸ 'ਤੇ ਆਸੇ ਪਾਸੇ ਦੁਆਰਾ ਖੜੀਆਂ ਕਰ ਦਿੱਤੀਆਂ ਗਈਆਂ ਅਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਲੰਘਣ ਦਾ ਰਾਹ ਨਹੀਂ ਦਿੱਤਾ ਗਿਆ। ਜਿਸ ਮਾਮਲੇ ਦੇ ਵਿੱਚ ਹੁਣ ਕਿਸਾਨਾਂ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਸਰਕਾਰੀ ਅਫਸਰ ਵੀ ਇਸ ਦੇ ਵਿੱਚ ਮਿਲੇ ਹੋਏ ਨੇ ਅਤੇ ਕਾਰਵਾਈ ਨਹੀਂ ਕਰ ਰਹੇ, ਲਗਾਤਾਰ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਸਰਕਾਰੀ ਅਫਸਰਾਂ ਦੇ ਉੱਤੇ ਵੀ। ਅਤੇ ਇਸ ਦੇ ਨਾਲ ਹੀ ਰਵਨੀਤ ਬਿੱਟੂ ਵੱਲੋਂ ਵੀ ਕਿਹਾ ਗਿਆ ਹੈ ਪੱਤਰ ਦੇ ਵਿੱਚ ਕਿ ਜਿਹੜੇ ਕਲੋਨਾਈਜ਼ਰ ਨੇ ਉਹਨਾਂ ਵੱਲੋਂ ਦੁਬਾਰਾ ਉੱਚੀਆਂ ਖੜੀਆਂ ਕਰ ਦਿੱਤੀਆਂ ਗਈਆਂ ਨੇ ਅਤੇ ਜਿਸ ਕਾਰਨ ਹੁਣ ਕਿਸਾਨਾਂ ਵੱਲੋਂ ਆਪਣੀਆਂ ਜ਼ਮੀਨਾਂ ਸਸਤੇ ਰੇਟ 'ਤੇ ਵੇਚਣ ਦੇ ਲਈ ਮਜਬੂਰ ਹੋ ਗਏ ਨੇ ਅਤੇ ਕਿਸਾਨਾਂ ਦੇ ਨਾਲ ਵੀ ਧੱਕਾ ਕੀਤਾ ਜਾ ਰਿਹਾ ਹੈ। ਧੱਕੇ ਦੇ ਨਾਲ ਉਹਨਾਂ ਦੀਆਂ ਸਸਤੇ ਰੇਟ 'ਤੇ ਜ਼ਮੀਨਾਂ ਖਰੀਦਣ ਲਈ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਤਾਂ ਇਸ ਮਾਮਲੇ ਦੇ ਵਿੱਚ ਹੁਣ DC ਨੂੰ ਪੱਤਰ ਭੇਜ ਦਿੱਤਾ ਗਿਆ। ਤਾਂ ਦੱਸ ਦਈਏ ਮਾਮਲਾ ਲਗਾਤਾਰ ਜਨਹਿਤੈਸ਼ੀ ਵੱਲੋਂ ਵੀ ਚੱਕਿਆ ਜਾ ਰਿਹਾ ਹੈ ਕਾਫੀ ਲੰਬੇ ਸਮੇਂ ਤੋਂ, ਭਾਵੇਂ ਉਹ ਅਕਾਲਗੜ੍ਹ ਮਾਰਕੀਟ ਦੀ ਇਲੀਗਲ ਕੰਸਟਰਕਸ਼ਨ ਹੋਵੇ। ਦੱਸ ਦਈਏ ਕਿ ਅਕਾਲਗੜ੍ਹ ਮਾਰਕੀਟ ਵੀ ਗੰਦੇ ਨਾਲੇ 'ਤੇ ਬਣੀ ਹੋਈ ਹੈ, ਇਸ ਦੇ ਨਾਲ ਹੀ ਚਾਹੇ ਸਦਰਨ ਐਕਸਪ੍ਰੈਸ ਵੇ ਹੋਵੇ, ਮਲਹਾਰ ਰੋਡ, ਗੁਰਦੇਵ ਨਗਰ, ਜਾਂ ਫਿਰ ਇਸ ਦੇ ਨਾਲ ਹੀ 30 ਫੁੱਟ ਇੰਕਰੋਚਮੈਂਟ ਮਾਮਲੇ ਦੇ ਵਿੱਚ ਵੀ ਲਗਾਤਾਰ ਹੀ ਜਨਹਿਤੈਸ਼ੀ ਵੱਲੋਂ ਮੁੱਦਾ ਚੱਕਿਆ ਜਾ ਰਿਹਾ ਹੈ, ਜਿਸ ਦੇ ਵਿੱਚ ਹੁਣ MP ਰਵਨੀਤ ਬਿੱਟੂ ਵੱਲੋਂ ਵੀ ਇੱਕ ਵੱਡਾ ਐਕਸ਼ਨ ਲਿੱਤਾ ਗਿਆ ਅਤੇ DC ਨੂੰ ਇੱਕ ਪੱਤਰ ਲਿਖ ਕੇ ਸਾਰੇ ਮਾਮਲੇ ਦੀ ਰਿਪੋਰਟ ਸਾਂਝੀ ਕਰਨ ਨੂੰ ਕਿਹਾ ਗਿਆ। ਤਾਂ ਹੁਣ ਦੇਖਣਾ ਹੋਵੇਗਾ ਕਿ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਇਕੱਲਾ ਲੁਧਿਆਣੇ ਦਾ ਇੱਕ ਏਰੀਆ ਹੀ ਨਹੀਂ ਬਲਕਿ ਪੂਰੇ ਲੁਧਿਆਣੇ ਦੇ ਵਿੱਚ ਇਲੀਗਲ ਕੰਸਟਰਕਸ਼ਨ ਨੂੰ ਲੈ ਕੇ ਜਾਂਚ ਦੀ ਰਿਪੋਰਟ ਮੰਗੀ ਹੈ ਰਵਨੀਤ ਬਿੱਟੂ ਵੱਲੋਂ, ਤਾਂ ਜੋ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਉਹ ਆਪਣੇ ਲੈਵਲ 'ਤੇ ਵੀ ਆਪਣੇ ਪੱਧਰ 'ਤੇ ਵੀ ਇਸ ਦੀ ਜਾਂਚ ਕਰਵਾਉਣਗੇ, ਕਿਉਂਕਿ ਲਗਾਤਾਰ ਜਿਹੜੀਆਂ ਕੰਪਲੇਂਟਾਂ ਆ ਰਹੀਆਂ ਨੇ ਇਸ ਕਾਰਨ ਲੋਕ ਵੀ ਅਤੇ ਕਿਸਾਨ ਵੀ ਕਾਫੀ ਪਰੇਸ਼ਾਨ ਦੇਖੇ ਜਾ ਸਕਦੇ ਨੇ। ਤਾਂ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੁਣ ਜਿਹੜਾ MP ਰਵਨੀਤ ਬਿੱਟੂ ਵੱਲੋਂ DC ਨੂੰ ਪੱਤਰ ਲਿਖ ਕੇ ਜਾਂਚ ਦੀ ਰਿਪੋਰਟ ਮੰਗੀ ਹੈ, ਇਸ ਮਾਮਲੇ ਦੇ ਵਿੱਚ ਹੁਣ ਅਧਿਕਾਰੀਆਂ ਵੱਲੋਂ ਕੀ ਕਦਮ ਚੱਕੇ ਜਾਂਦੇ ਨੇ। ਲੁਧਿਆਣਾ